ਜਲੰਧਰ ਲੋਕ ਸਭਾ ਜਿਮਣੀ ਚੌਂ ਨੂੰ ਲੈ ਕੇ ਟੱਕਰ ਫਸ ਨਹੀਂ ਹੋ ਰਹੀ ਹੈ ਸਿਆਸੀ ਅਖਾੜੇ ਦੇ ਵਿੱਚ ਜਦੋਂ ਟੱਕਰ ਫਸਮੀ ਹੁੰਦੀ ਹੈ ਤੇ ਉਦੋਂ ਕਦੇ ਕੋਈ ਅੱਗੇ ਚੱਲਦਾ ਹੈ ਕਦੇ ਕੋਈ ਪਿੱਛੇ ਚੱਲਦਾ ਹੈ ਪਰ ਪਹਿਲੇ ਰੁਝਾਨਾ ਦੇ ਮੁਤਾਬਕ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਉਮੀਦਵਾਰ ਸੁਸ਼ੀਲ ਰਿੰਕੂ ਤਕਰੀਬਨ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੂਸਰੇ ਨੰਬਰ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਚੱਲ ਰਹੇ ਨੇ আর 3 ਨੰਬਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ बसपा ਦਾ ਗੱਠਜੋੜ ਚੱਲ ਰਿਹਾ ਹੈ ਡਾਕਟਰ ਸੁਖੀ ਉਮੀਦਵਾਰ ਨੇ ਤੇ 4 ਨੰਬਰ ਦੇ ਉੱਤੇ ਭਾਜਪਾ ਚੱਲ ਰਹੀ ਹੈ ਤੇ 5ਵੇਂ ਨੰਬਰ ਦੇ ਉੱਤੇ ਗੁਰਜੰਟ ਸਿੰਘ ਕਟੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਚੱਲ ਰਹੇ ਨੇ ਤੇ ਫਰਕ ਕਿੰਨਾ ਹੈ तकरीबन 4000 ਦਾ ਫਰਕ ਹੈ ਪਹਿਲੇ 8:30 ਵਜੇ ਤੱਕ ਦਾ ਸਮਾਂ ਸੀ ਜਦੋਂ ਉਦੋਂ 2800 ਤੋਂ 1800 ਤੱਕ ਥੱਲੇ ਜਾ ਕੇ ਲੀਡ ਚਲੀ ਗਈ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਉਸ ਤੋਂ ਬਾਅਦ ਜਿਹੜੇ ਅਗਲੇ ਰਜਾਨ ਆਏ ਤੇ ਉਸ ਵਿੱਚ ਇਹ ਪਾਇਆ ਗਿਆ ਕਿ ਹੁਣ ਤੱਕ ਜਿਹੜੀ ਵੋਟ ਹੈ ਉਹ ਸੁਸ਼ੀਲ ਰਿੰਕੂ ਨੂੰ 40930 ਪਈ ਹੈ ਦੂਜੇ ਨੰਬਰ ਤੇ 37053 ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਵੋਟ ਪੈਂਦੀ ਨਜ਼ਰ ਆ ਰਹੀ ਹੈ ਤੀਜੇ ਨੰਬਰ ਤੇ 19151 ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਤੇ ਭਾਜਪਾ ਨੂੰ 22651 ਵੋਟਾਂ ਨਜ਼ਰ ਆ ਰਹੀਆਂ ਨੇ ਤਾਂ ਅਗਰਜੰਟ ਸਿੰਘ ਕੱਟੂ ਪੰਜਵੇਂ ਨੰਬਰ ਦੇ ਉੱਤੇ ਨੇ ਪਰ ਇੱਥੇ ਗੱਲ ਕੀਤੀ ਜਾਵੇ ਤਾਂ 3877 ਵੋਟਾਂ ਨੇ ਜਿਹੜੀਆਂ ਤਾਜ਼ਾ ਅੰਕੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਸੁਸ਼ੀਲ ਰਿੰਕੂ ਅੱਗੇ ਚੱਲ ਰਹੇ ਨੇ ਕਿਉਂਕਿ ਸ਼ੁਰੂਆਤ ਕਾਊਂਟਿੰਗ ਸੈਂਟਰ ਦੀਆਂ ਤਸਵੀਰਾਂ ਨੇ ਜਿਹੜੀਆਂ ਵਕ ਵਕ ਥਾਵਾਂ ਤੋਂ ਦੇਖੀਆਂ ਗਈਆਂ ਭਾਵੇਂ ਪਰ ਪਹਿਲੇ ਸਮਿਆਂ ਦੇ ਵਿੱਚ ਪਹਿਲੇ ਰਜਾਨਾ ਦੇ ਵਿੱਚ ਹੁਣ ਡਿਪੈਂਡ ਕਰਦਾ ਹੈ ਕਿ ਕੀ ਦਿਹਾਤੀ ਖੇਤਰ ਦਾ ਵੋਟ ਬੈਂਕ ਕਿਸ ਨੂੰ ਅੱਗੇ ਲੈ ਕੇ ਜਾਂਦਾ ਹੈ ਤੇ ਸ਼ਹਿਰੀ ਖੇਤਰ ਦਾ ਵੋਟ ਬੈਂਕ ਕਿਸ ਨੂੰ ਅੱਗੇ ਲੈ ਕੇ ਜਾਂਦਾ ਹੈ ਥੋੜੇ ਹੀ ਸਮੇਂ ਦੇ ਵਿੱਚ ਤੁਹਾਡੇ ਨਾਲੇ ਵੀ ਸਥਿਤੀ ਕਲੀਅਰ ਕਰਾਂਗੇ ਕਿ ਕਿਹੜੇ ਕਿਹੜੇ ਬੂਥ ਦੀ ਜਿਹੜੀ ਕਾਊਂਟਿੰਗ ਹੋਈ ਹੈ ਕਿਹੜੇ ਖੇਤਰ ਦੀ ਕਾਊਂਟਿੰਗ ਹੋਈ ਹੈ ਕਿਹੜੇ ਖੇਤਰ ਚ ਕੌਣ ਅੱਗੇ ਚੱਲ ਰਿਹਾ ਵਿਸਥਾਰ ਨਾਲੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ABC ਪੰਜਾਬ ਤੇ ਬਣੇ ਰਹੋ ਔਰ ਸਭ ਤੋਂ ਪਹਿਲਾਂ ਜਿਹੜਾ ਕਿ ਹੁਣ ਤੱਕ ਦਾ ਡਾਟਾ ਉਸ ਮੁਤਾਬਕ ਪਰਸੈਂਟੇਜ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਆ ਜਿਹੜੀ ਉਹ ਕਹਿੰਦੀ ਹੈ ਕਿ ਸਭ ਤੋਂ ਵੱਧ ਹੁਣ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 32.1% ਦੀ ਵੋਟਾਂ ਪਈਆਂ ਨੇ ਟੋਟਲ ਪੋਲ ਗਿਣਤੀ ਹੋਈਆਂ ਵੋਟਾਂ ਦੇ ਵਿੱਚੋਂ ਦੂਜੇ ਨੰਬਰ ਤੇ 29% ਦੀ ਵੋਟਾਂ ਨੇ ਜਿਹੜੀਆਂ ਉਹ ਕਾਂਗਰਸ ਨੂੰ ਪਈਆਂ ਨੇ ਤੇ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੂੰ 17.7% ਦੀ ਤੇ ਚੌਥੇ ਨੰਬਰ ਦੇ ਉੱਤੇ ਭਾਜਪਾ ਨੂੰ 15% ਦੀ ਵੋਟਾਂ ਪਈਆਂ ਨੇ ਤਾਂ ਇਸ ਤਰ੍ਹਾਂ ਤੁਹਾਡੇ ਨਾਲੇ ਰੁਝਾਨ ਸਾਂਝੇ ਕਰ ਰਹੇ ਹਾਂ ਕਿ ਕਿਹੜੇ ਢੰਗ ਦੇ ਨਾਲ ਇਹ ਜਿਹੜੀਆਂ ਵੋਟਾਂ ਨੇ ਉਹ ਪੈਂਦੀਆਂ ਨਜ਼ਰ ਆ ਰਹੀਆਂ ਨੇ ਨੋਟਾਂ ਨੂੰ ਹਾਲੇ ਤੱਕ 0.8% ਦੀ ਨੋਟਾਂ ਦੱਬੇ ਆ ਗਿਆ ਜਿਹੜਾ ਕਾਊਂਟਿੰਗ ਹੋਈਆਂ ਵੋਟਾਂ ਦੇ ਵਿੱਚੋਂ ਫੀਸਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਪ ਉਮੀਦਵਾਰ ਸੁਸ਼ੀਲ ਰਿੰਕੂ ਤਕਰੀਬਨ 4000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਪਰ ਪਹਿਲਾਂ ਲੀਡ 2800 ਤੱਕ ਲੰਮਾ ਸਮਾਂ ਰਹੀ ਪਹਿਲੇ ਰੁਝਾਨਾਂ 'ਚ ਫਿਰ 1800 ਵੀ ਹੋਈ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਗਿਣਤੀ ਅੱਗੇ ਵਧਦੀ ਗਈ ਤਾਂ ਹੁਣ ਇਹ ਲੀਡ ਹੈ ਜਿਹੜੀ ਤਕਰੀਬਨ 4000 ਦੇ ਉੱਤੇ ਖੜੀ ਐ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਕਰਮਜੀਤ ਕੌਰ ਚੌਧਰੀ ਹੋਣ ਜਾਂ ਉਹਨਾਂ ਦਾ ਬੇਟਾ ਹੋਵੇ ਵਿਕਰਮਜੀਤ ਸਿੰਘ ਜਿਹੜਾ ਕਿ ਫਲੋਰ ਤੋਂ ਐਮਐਲਏ ਨੇ ਉਹਨਾਂ ਨੇ ਦਾਵਾ ਇਹ ਕੀਤਾ ਕਿ ਅਸੀਂ ਘੱਟੋ-ਘੱਟ 1.5 ਲੱਖ ਲੀਡ ਦੇ ਨਾਲ ਜਿੱਤਾਂਗੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਹੋਵੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਦੇਖਿਓ ਕਿ ਅਸੀਂ ਇਸ ਮਸਲੇ ਦੇ ਵਿੱਚ ਬਾਜ਼ੀ ਮਾਰਾਂਗੇ ਔਰ ਜਿੱਤਾਂਗੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹੋਣ ਉਹਨਾਂ ਨੇ ਵੀ ਦਾਵਾ ਕੀਤਾ ਕਿ ਅਸੀਂ 1 ਲੱਖ ਤੋਂ ਵੱਧ ਲੀਡ ਦੇ ਨਾਲ ਜਿੱਤਣ ਦੀ ਉਥੇ ਪੋਜੀਸ਼ਨ ਦੇ ਵਿੱਚ ਆ ਸਾਰਿਆਂ ਨੇ ਆਪੋ ਆਪਣੇ ਦਾਅਵੇ ਕੀਤੇ ਸ਼੍ਰੋਮਣੀ ਗਾਲੀਦਲ ਤੇ ਬਸਪਾ ਦੇ ਗੱਠ ਜੋੜਨੇ ਵੀ ਕਿਹਾ ਕਿ ਸਾਡਾ ਗ੍ਰਾਫ ਉੱਚਾ ਆਵੇਗਾ ਔਰ ਭਾਜਪਾ ਨੇ ਕਿਹਾ ਕਿ ਅਸੀਂ ਵੀ ਟੱਕਰ ਪੂਰੀ ਦੇਾਂਗੇ ਕਹਿੰਦੇ ਜੋ ਮਰਜ਼ੀ ਹੋਣ ਔਨ ਦਾ ਰਿਕਾਰਡ ਕੈਮਰਿਆਂ ਦੇ ਸਾਹਮਣੇ ਪਰ ਪਿੱਛੇ ਸਥਿਤੀ ਕੀ ਹੈ ਉਹ ਤਾਂ ਐਵੀਐਮ ਵਿੱਚ ਬੰਦ ਪਈ ਜਿਹੜੀ ਉਮੀਦਵਾਰਾਂ ਦੀ ਕਿਸਮਤ ਹੈ ਉਸਨੇ ਦੱਸਣਾ ਹੈ ਜਿਹੜੀਆਂ ਵੋਟਾਂ ਪਈਆਂ ਨੇ ਜੇਕਰ ਵੋਟਾਂ ਦਾ ਹਿਸਾਬ ਲਾਇਆ ਜਾਵੇ ਤਾਂ ਹੁਣ ਤੱਕ ਇਸ ਮਸਲੇ ਦੇ ਵਿੱਚ ਸਭ ਤੋਂ ਅੱਗੇ ਜੇਕਰ ਸੱਤਾਧਿਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਚੱਲ ਰਹੇ ਨੇ ਜਿਸ ਨੇ 4000 ਦੇ ਤਕਰੀਬਨ ਲੀਡ ਲੈ ਲਈ ਹੈ